ਬਾਬਾ ਹੈਦਰ ਸਿੰਘ ਜੀ, ਜਿਨ੍ਹਾਂ ਨੂੰ ਭੂਤਾਂ ਦਾ ਰਾਜਾ ਵੀ ਮੰਨਿਆ ਜਾਂਦਾ ਹੈ। ਇਹਨਾਂ ਦਾ ਜਨਮ 1434 ਈਸਵੀ ਵਿੱਚ ਅਫਗਾਨ ਵਿੱਚ ਹੋਇਆ ਸੀ ਅਤੇ ਇਹ ਆਪਣੇ ਗੁਰੂ ਜੀ ਦੇ ਕਹਿਣ 'ਤੇ ਮਲੇਰਕੋਟਲਾ ਵਿੱਚ ਆਏ ਸਨ। ਉਸ ਟਾਈਮ ਬਹਿਲੋਲ ਲੋਧੀ ਦਾ ਜ਼ਮਾਨਾ ਸੀ। ਇੱਕ ਵਾਰ ਜਦੋਂ ਬਹਿਲੋਲ ਲੋਧੀ ਜੰਗ ਲੜਨ ਲਈ ਦਿੱਲੀ ਜਾ ਰਿਹਾ ਸੀ ਤਾਂ ਉਦੋਂ ਉਹ ਬਾਬਾ ਜੀ ਨੂੰ ਮਿਲਿਆ ਅਤੇ ਬਹਿਲੋਲ ਲੋਧੀ ਨੇ ਬਾਬਾ ਜੀ ਨੂੰ ਆਖਿਆ ਕਿ ਤੁਸੀਂ ਮੇਰੇ ਹੱਕ ਦੇ ਵਿੱਚ ਦੁਆ ਕਰੋ। ਤਾਂ ਬਾਬਾ ਜੀ ਨੇ ਉਸ ਦੇ ਹੱਕ ਦੇ ਵਿੱਚ ਦੁਆ ਕੀਤੀ ਅਤੇ ਆਖਰ ਨੂੰ ਬਹਿਲੋਲ ਲੋਧੀ ਦਿੱਲੀ ਦੀ ਜੰਗ ਜਿੱਤ ਕੇ ਹੀ ਮੁੜਿਆ। ਰਾਜਾ ਬਹਿਲੋਲ ਲੋਧੀ ਬੜਾ ਹੀ ਖੁਸ਼ ਹੋਇਆ ਅਤੇ ਉਸਨੇ ਆਪਣੀ ਬੇਟੀ ਦਾ ਵਿਆਹ ਬਾਬਾ ਜੀ ਦੇ ਨਾਲ ਕਰ ਦਿੱਤਾ, ਜਿਸ ਦਾ ਨਾਮ ਤਾਜ ਮਰਸਦ ਬੇਗਮ ਸੀ ਅਤੇ ਰਾਜੇ ਨੇ ਦਹੇਜ ਦੇ ਤੌਰ 'ਤੇ 56 ਛੋਟੇ ਪਰਗੁਣੇ ਅਤੇ 12 ਵੱਡੇ ਪਿੰਡ ਦਿੱਤੇ ਸਨ। ਜੇਕਰ ਆਪਾਂ ਬਾਬਾ ਜੀ ਦੀ ਦਰਗਾਹ ਦੀ ਗੱਲ ਕਰੀਏ ਤਾਂ ਇਹ 600 ਸਾਲ ਪਹਿਲਾਂ ਬਣਾਈ ਗਈ ਹੈ, ਪਰ ਅੱਜ ਤੱਕ ਇਸ ਦਾ ਕੋਈ ਅਤਾ ਪਤਾ ਨਹੀਂ ਚੱਲਾ ਕਿ ਇਹ ਕਿਸ ਨੇ ਅਤੇ ਕਿਵੇਂ ਬਣਾਈ ਹੈ। ਪਰ ਸੁਣਨ ਵਿੱਚ ਆਇਆ ਹੈ ਕਿ ਇਹ ਦਰਗਾਹ ਜੋ ਇਸ ਦੀ ਚਾਰ ਦੀਵਾਰੀ ਹੈ ਇਹ ਰਾਤੋ ਰਾਤ ਤਿਆਰ ਕੀਤੀ ਗਈ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਜਿੰਨਾਂ ਦੁਆਰਾ ਤਿਆਰ ਕੀਤੀ ਗਈ ਸੀ। ਜਦੋਂ ਜਿੰਨ ਇਸ ਦਰਗਾਹ ਦੀ ਚਾਰ ਦੀਵਾਰੀ ਬਣਾ ਰਹੇ ਸਨ ਤਾਂ ਸਵੇਰ ਦਾ ਸਮਾਂ ਸੀ ਤਾਂ ਇੱਕ ਮਾਈ ਝਾੜੂ ਲਗਾਉਣ ਲਈ ਘਰ ਦੇ ਗੇਟਾਂ ਵਿੱਚ ਆਈ ਤਾਂ ਉਸਨੇ ਉਹਨਾਂ ਜਿੰਨਾਂ ਨੂੰ ਵੇਖ ਲਿਆ ਅਤੇ ਜਿੰਨ ਉਸ ਟਾਈਮ ਹੀ ਗਾਇਬ ਹੋ ਗਏ ਅਤੇ ਉੱਥੇ ਹੀ ਕੰਮ ਛੱਡ ਦਿੱਤਾ। ਜੋ ਇਸ ਦਰਗਾਹ ਦੀ ਚਾਰ ਦੀਵਾਰੀ 'ਤੇ ਪੱਥਰ ਲੱਗਿਆ ਹੋਇਆ ਹੈ ਉਹ ਦੁਨੀਆ ਦੇ ਸਾਰੇ ਪੱਥਰਾਂ ਦੀਆਂ ਕਿਸਮਾਂ ਤੋਂ ਅਲੱਗ ਹੈ। ਇਹੋ ਜਿਹਾ ਪੱਥਰ ਹੋਰ ਕਿਸੇ ਵੀ ਜਗ੍ਹਾ 'ਤੇ ਅੱਜ ਤੱਕ ਨਹੀਂ ਦੇਖਿਆ ਗਿਆ। ਇੱਕ ਹੋਰ ਇਸ ਦੀ ਖਾਸ ਗੱਲ ਹੈ ਕਿ ਇਸ ਦੀਵਾਰ ਵਿੱਚ ਨਾ ਤਾਂ ਕੋਈ ਰੇਤਾ ਸੀਮਿੰਟ ਅਤੇ ਨਾ ਹੀ ਕਿਸੇ ਹੋਰ ਚੀਜ਼ ਦਾ ਪ੍ਰਯੋਗ ਕੀਤਾ ਗਿਆ, ਇਕੱਲਾ ਪੱਥਰ ਹੀ ਪ੍ਰਯੋਗ ਕੀਤਾ ਗਿਆ ਹੈ। ਬਾਬਾ ਹੈਦਰ ਸਿੰਘ ਜੀ ਦੀ ਦਰਗਾਹ ਦੇ ਨਾਲ ਇਹਨਾਂ ਦੇ ਪਰਿਵਾਰ ਅਤੇ ਇਹਨਾਂ ਦੇ ਸੇਵਾਦਾਰਾਂ ਦੀਆਂ ਕਬਰਾਂ ਬਣਾਈਆਂ ਹੋਈਆਂ ਹਨ ਜੋ ਕਿ ਅਫਗਾਨ ਤੋਂ ਬਾਬਾ ਜੀ ਦੇ ਨਾਲ ਹੀ ਆਏ ਸਨ। ਸੋ ਦੋਸਤੋ, ਇਹ ਸੀ ਬਾਬਾ ਹੈਦਰ ਸਿੰਘ ਜੀ ਦੀ ਦਰਗਾਹ ਦਾ ਇਤਿਹਾਸ। ਜੇਕਰ ਤੁਸੀਂ ਬਾਬਾ ਜੀ ਦੀ ਜੀਵਨੀ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਸਕਰੀਨ 'ਤੇ ਚੱਲ ਰਹੀ ਵੀਡੀਓ ਨੂੰ ਦੇਖ ਸਕਦੇ ਹੋ। ਦੋਸਤੋ, ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ, ਕਿਉਂਕਿ ਇਹੋ ਜਿਹੀ ਵੀਡੀਓਜ਼ ਅਸੀਂ ਤੁਹਾਡੇ ਲਈ ਲਿਆਉਂਦੇ ਰਹਾਂਗੇ।